Banco Designs. A name synonymous with elegance and timeless beauty. We marry style, color, and texture with furnishings that complement your home. Offering a wide range of sofas, chairs, beds, and accessories, we'll ensure the highest standards of quality throughout. From custom design pieces to our existing collections, we have furnishings you'll enjoy living with. Van Gogh Designs, the art of comfort. So, swagat hai ji is debate vich ek var fir aap sab da. Aao agge gal baat karde hain Sadhu Bining ate naal yani Jasbir Singh ji naal. So break to pehla jisna tusi kiya ki ji koi eh cheez prove nahi kardi hai ki par ki prove nahi hoyi koi cheez to ki us naal eh man liye ki oh cheez exist hi nahi kardi. ਨਹੀਂ ਪਰ ਇਹ ਵੀ ਨਹੀਂ ਨਾ ਤੁਸੀਂ ਮੰਨ ਸਕਦੇ ਵੀ ਉਹ ਐਗਜ਼ਿਸਟ ਕਰਦੀ ਆ ਰਾਈਟ ਨਾ ਦੋਨਾਂ ਪਾਸਿਓਂ ਹੋਈ ਗੱਲ ਹੈ ਨਾ ਓਕੇ ਤੇ ਮਤਲਬ ਜੇ ਤਾਂ ਫਰਕ ਲੈ ਇਦਾਂ ਹੋਵੇ ਗੱਲ ਵੇਈ ਆਪਾਂ ਸਿਰਫ ਗੱਲ ਕਰ ਰਹੇ ਆ ਵੀ ਐਗਜ਼ਿਸਟ ਕਰਦੀ ਨਹੀਂ ਕਰਦੀ ਜਦ ਐਡਾ ਵੱਡਾ ਦਾਰੋਮਦਾਰ ਸਾਰੀ ਦੁਨੀਆ ਦੇ ਵਿੱਚ ਬਣਿਆ ਆ ਧਰਮ ਦਾ ਜਿਹੜਾ ਸਿਰਫ ਉਸ ਗੱਲ ਦੇ ਉੱਤੇ ਬੇਸਡ ਹੈਗਾ ਫਿਰ ਇਹ ਗੱਲ ਜ਼ਿਆਦਾ ਥੋੜੀ ਜਿਹੀ ਗੰਭੀਰ ਬਣ ਜਾਂਦੀ ਆ ਜੀ ਫਿਰ ਮਤਲਬ ਤੁਹਾਡੇ ਲਈ ਜ਼ਰੂਰੀ ਆ ਕਿਸੇ ਨਾ ਕਿਸੇ ਕਿਸਮ ਦਾ ਮਤਲਬ ਸਬੂਤ ਦੇਣਾ ਹਾਂ ਵੀ ਆਹ ਰੱਬ ਹੈਗਾ ਜੀ ਔਰ ਇਹ ਜਿਹੜਾ ਸਬੂਤ ਹੈ ਕਈ ਵਾਰੀ ਕਹਿ ਦਿੰਦੇ ਆਪਾਂ ਜਿਹੜੇ ਨਾਸਤਕ ਆ ਉਹ ਦੱਸਣ ਨਹੀਂ ਹੈ ਜੀ ਸਬੂਤ ਉਹੀ ਬੰਦਾ ਦਿੰਦਾ ਜਿਹੜਾ ਕੋਈ ਕਲੇਮ ਕਰੇ ਵੀ ਆਹ ਚੀਜ਼ ਹੈਗੀ ਆ ਰਾਈਟ ਸੋ ਸਬੂਤ ਦੇਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਧਾਰਮਿਕ ਲੋਕਾਂ ਦੀ ਆ ਜਿਹੜੇ ਵਿਸ਼ਵਾਸ ਕਰਦੇ ਹੈਗੇ ਓਕੇ ਹਾਂਜੀ ਗਿਆਨੀ ਜੀ ਜੀ ਦੇਖੋ ਪਹਿਲੀ ਗੱਲ ਇਹਨਾਂ ਨੇ ਜਿਹੜੇ ਆਖੀ ਆ ਕਿ ਜਿਹੜੀ ਧਰਮ ਜਿਹੜਾ ਉਹ ਸਵਾਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਮੈਂ ਨਾ ਸਮਾਂ ਧਰਮ ਨਾਲ ਸੰਬੰਧ ਰੱਖਣਾ ਬੈਠਾ ਜੀ ਔਰ ਇਹੀ ਨਹੀਂ ਬਲਕਿ ਅਸੀਂ ਓਪਨਲੀ ਕਹਿੰਦੇ ਹਾਂ ਈਵਨ ਅਸੀਂ ਜਿਹੜਾ ਰੇਡੀਓ ਪ੍ਰੋਗਰਾਮ ਦਿੰਦੇ ਹਾਂ ਰੋਜ਼ ਜੀ ਅਸੀਂ ਓਪਨ ਕਹਿੰਦੇ ਵੀ ਤੁਸੀਂ ਜੋ ਸਵਾਲ ਆ ਕਰੋ ਰਾਈਟ ਔਰ ਸਾਡੇ ਗੁਰੂ ਨੇ ਗੱਲ ਆਖੀ ਆ ਸੁਨ ਮੁੰਦੇ ਹਰ ਨਾਖੀਏ ਗੂੜਾ ਵੈਨ ਅਪਾਰ ਪਹਿਲਾਂ ਵਸਨ ਜਾਣ ਕੈ ਤਾਂ ਕੀਚੈ ਵਪਾਰ ਜੀ ਇਸ ਲਈ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਦੂਜੇ ਧਰਮਾਂ ਦੀ ਮੈਂ ਗੱਲ ਨਹੀਂ ਕਰਦਾ ਠੀਕ ਹੈ ਨਾ ਮੈਂ ਖੈਰ ਉਹਨਾਂ ਬਾਰੇ ਉਹੀ ਦੱਸ ਸਕਦੇ ਆ ਕਿ ਉਹਨਾਂ ਦੀ ਕੀ ਸਿਚੁਏਸ਼ਨ ਆ ਪਰ ਮੈਂ ਗੁਰਬਾਣੀ ਦੀ ਗੱਲ ਕਰ ਰਿਹਾ ਜੀ ਗੁਰਬਾਣੀ ਕੋਈ ਜਿਹੜਾ ਕਿਉਂਕਿ ਲੋਕ ਜਿਹੜੇ ਆ ਲੋਕ ਬਹੁਤ ਸਾਰੇ ਧਰਮ ਦਾ ਉਹਨਾਂ ਬੁਰਕਾ ਜ਼ਰੂਰ ਪਹਿਨੇ ਆਇਆ ਪਰ ਧਰਮ ਨਾਲ ਉਹਨਾਂ ਕੋਈ ਲੈਣ ਦੇਣ ਨਹੀਂ ਹੁੰਦਾ ਜੀ ਈਵਨ ਜਿਹੜੇ ਈਵਨ ਸਾਰੇ ਗੁਰਦੁਆਰੇ ਜਾਂਦੇ ਆ ਜਾਂ ਮੰਦਰਾਂ 'ਚ ਜਾਂਦੇ ਆ ਚਰਚ ਜਾਂਦੇ ਆ ਇੰਨੇ ਕੋਈ ਧਰਮੀ ਆ ਜਿਵੇਂ ਇਹਨਾਂ ਨੇ ਖੁਦ ਦੱਸਿਆ ਕਿ ਇਹਨਾਂ ਦਾ ਵਿਆਹ ਗੁਰਦੁਆਰੇ ਹੋਏ ਆ ਸ਼ਾਇਦ ਬੱਚਿਆਂ ਦਾ ਵੀ ਗੁਰਦੁਆਰੇ ਹੋਇਆ ਹੋਊਗਾ ਜੀ ਪਰ ਇਹ ਨਹੀਂ ਕਿ ਵਿਸ਼ਵਾਸ ਕਰਦੇ ਆ ਰਾਈਟ ਪਰ ਇਹ ਗਏ ਆ ਸਭ ਕੋਈ ਖੜਾ ਉੱਥੇ ਇਸ ਤਰ੍ਹਾਂ ਇਕੱਲੇ ਹੀ ਨਹੀਂ ਬਲਕਿ ਬਹੁਤ ਸਾਰੇ ਲੋਕਾਂ ਦੀ ਇਹੀ ਹਾਲਤ ਆ ਜੀ ਔਰ ਦੇਖੋ ਜਿਹੜੀ ਗੱਲਾਂ ਇਹ ਕਰ ਰਹੇ ਆ ਤੇ ਗੁਰਬਾਣੀ ਵੀ ਤਾਂ ਉਹ ਇਹਨਾਂ ਨੂੰ ਬਹੁਤ ਜ਼ਬਰਦਸਤ ਜ਼ੋਰ ਢੰਗ ਨਾਲ ਦੱਸੀਆਂ ਹੋਈਆਂ ਉਹ ਇਸ ਚੀਜ਼ ਨੂੰ ਦੱਸਿਆ ਹੋਇਆ ਔਰ ਹਰ ਬੰਦੇ ਦੀ ਉਹਦੇ ਕੰਡਮ ਕੀਤਾ ਹੋਇਆ ਜਿਹੜਾ ਕਿ ਇਨਸਾਨੀ ਉਹਦੇ ਡਿੱਗਿਆ ਹੋਇਆ ਇਨਸਾਨ ਆ ਜੀ ਇਸ ਕਰਕੇ ਇਹਨੇ ਗੁਰਬਾਣੀ ਨੇ ਇਜਾਜ਼ਤ ਨਹੀਂ ਦਿੱਤੀ ਆਖਿਆ ਵੀ ਤੁਸੀਂ ਸਵਾਲ ਨਹੀਂ ਕਰ ਸਕਦੇ ਓਕੇ ਕਿੰਤੂ ਨਹੀਂ ਕਰ ਸਕਦੇ ਰਾਈਟ ਜਿਹੜੀਆਂ ਇਹ ਐਸੀ ਕੋਈ ਜਿਹੜੀ ਆ ਐਸੀ ਸੰਭਾਵਨਾ ਨਹੀਂ ਬਲਕਿ ਪੂਰੀ ਪੂਰੀ ਸੰਭਾਵਨਾ ਕਿ ਤੁਹਾਨੂੰ ਪੂਰਾ ਹੱਕ ਆ ਰਾਈਟ ਦੂਜੀ ਗੱਲ ਜਿਹੜੀ ਆਖਦੇ ਆ ਵੀ ਨਾਸਤਕ ਜਿਹੜੇ ਆ ਉਹ ਵਧੀਆ ਇਨਸਾਨ ਆ ਇਹਦਾ ਮਤਲਬ ਜਿਹੜੇ ਧਰਮੀ ਆ ਸਾਰੇ ਬੇਈਮਾਨ ਆ ਮਤਲਬ ਚੰਗੇ ਮੰਦੇ ਸਾਰੇ ਇਨਸਾਨ ਇਹ ਨਹੀਂ ਸਾਰੇ ਜਿਹੜੇ ਨਾਸਤਕ ਆ ਉਹ ਮਾੜੇ ਆ ਠੀਕ ਜਾਂ ਚੰਗੇ ਆ ਤੇ ਧਰਮੀ ਸਾਰੇ ਮਾੜੇ ਆ ਰਾਈਟ ਅੱਜ ਤੋਂ ਤੁਸੀਂ ਪੰਜਾਬ ਦੀ ਗੱਲ ਕਰੋ ਤੁਸੀਂ ਅੱਜ ਤੋਂ 100 ਸਾਲ ਪਹਿਲਾਂ ਜੀ ਤੁਹਾਨੂੰ ਕੋਈ ਲੇਖਕ ਜਿਹੜਾ ਉਹ ਇਸ ਵਿਚਾਰਾਂ ਦਾ ਨਹੀਂ ਮਿਲੂਗਾ ਤੇ ਕੀ ਇਸ ਨੂੰ 100 ਸਾਲ ਪਹਿਲਾਂ ਸਾਰੇ ਜਿਹੜੇ ਬੇਮਕੂਫੀ ਸੀਗੇ ਰਾਈਟ ਪਹਿਲੀ ਦੂਜੀ ਗੱਲ ਤੀਜੀ ਗੱਲ ਇਹ ਆ ਕਿ ਅਸੀਂ ਨਹੀਂ ਕਹਿੰਦੇ ਕਿ ਨਾਸਤਕ ਮਾੜੇ ਆ ਮਤਲਬ ਗੱਲ ਕਰਦੇ ਹਾਂ ਜਾਂ ਮੈਨੂੰ ਸ਼ੋਅ ਕੀਤਾ ਵੀ ਮਾੜੇ ਆਏ ਜਾਂ ਕਿਤੇ ਯੂਜ਼ ਕੀਤਾ ਸ਼ਬਦ ਵੀ ਨਾਸ ਕੋਈ ਕਹਿੰਦਾ ਤਾਂ ਉਹਦੀ ਆਪਣੀ ਭਾਵਨਾ ਠੀਕ ਜਦੋਂ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸਾਡੀ ਗੁਰਬਾਣੀ ਇਨਸਾਨੀਅਤ ਨੂੰ ਮੁੱਖ ਰੱਖਦੀ ਆ ਜੀ ਇੱਕ ਹੋਰ ਕੋਈ ਵਧੀਆ ਇਨਸਾਨ ਆ ਭਾਵੇਂ ਕੋਈ ਵੀ ਆ ਇਸ ਲਈ ਗੁਰਬਾਣੀ ਵਿੱਚ ਜਿੱਥੇ ਧਾਰਮਿਕ ਆਗੂ ਜਿਹੜਾ ਹਰ ਧਾਰਮਿਕ ਆਗੂ ਸਿਧਾਂਤ ਦਾ ਉਹਦੀ ਨਿਖੇਧੀ ਕੀਤੀ ਆ ਉਹਦੇ ਪਖੰਡ ਦੀ ਰਾਈਟ ਪਰ ਨਾਲ ਨਾਲ ਜਿਹੜਾ ਬੰਦਾ ਕੋਈ ਸੱਚਾ ਉਹਨੂੰ ਆਖਿਆ ਸੋ ਮੁੱਲ ਜਿਹੜਾ ਮੁੱਲਾਂ ਕਹਿੰਦਾ ਤਿਸ ਮੁੱਲਾਂ ਕੋ ਸਦਾ ਸਲਾਮ ਉਹ ਪੰਡਿਤ ਨੂੰ ਆਖਿਆ ਜਿਹੜਾ ਪੰਡਿਤ ਜਿਹੜਾ ਹੈਗਾ ਜੇ ਚੰਗਾ ਉਹ ਇਨਸਾਨ ਆ ਮਨੁੱਖਤਾ ਨੂੰ ਇੱਕ ਸਮਝਦਾ ਤੇ ਉਹਨੂੰ ਸਲਾਮ ਕੀਤੀ ਹੋਈ ਆ ਉਹਨੂੰ ਆਦੇਸ਼ ਕੀਤਾ ਹੋਇਆ ਇਸ ਕਰਕੇ ਇਹ ਨਹੀਂ ਕਿ ਧਰਮ ਕੋਈ ਵੀ ਧਰਮ ਜਿਹੜਾ ਉਹ ਇੱਥੇ ਆ ਕੇ ਜਿਹੜਾ ਉਹ ਇਸ ਚੀਜ਼ ਸਾਂਝੀ ਗੱਲ ਕਰਦਾ ਆ ਕੇ ਰਾਈਟ ਭਾਵੇਂ ਉਹਨੂੰ ਜਿਹੜੇ ਲੋਕ ਮੰਨਣ ਵਾਲੇ ਆ ਉਹ ਆਪਣੇ ਢੰਗ ਨਾਲ ਲੈਂਦੇ ਆ ਜਿਹੜੀ ਇਹਨਾਂ ਨੇ ਸ਼ੁਰੂ ਵਿੱਚ ਗੱਲ ਆਖੀ ਸੀ ਕਿ ਜੇ ਲੋਕ ਬਹੁਤ ਸਾਰੇ ਲੋਕ ਜਿਹੜੇ ਆ ਉਸ ਚੀਜ਼ ਨੂੰ ਨਹੀਂ ਮੰਨਦੇ ਸਾਨੂੰ ਦੇਖਣਾ ਪੈਣਾ ਜੀ ਕਿ ਉਹਦੀ ਕੋਈ ਗਲਤੀ ਆ ਰਾਈਟ ਤੇ ਗੱਲ ਫਿਰ ਉਹੀ ਜਾਂਦੀ ਆ ਕਿ ਸਾਰੇ ਧਰਮੀ ਜਿਹੜੇ ਉਹ ਬੇਈਮਾਨ ਆ ਜਿਹੜੇ ਸਾਰੇ ਜਿਹੜੇ ਨਹੀਂ ਨਹੀਂ ਤੁਸੀਂ ਗੱਲ ਕਰਦੇ ਜੇ ਨਾ ਤੁਸੀਂ ਆਖਦੇ ਜੇ ਵੀ ਜਿਹੜੇ ਵੀ ਜਿਹੜੇ ਉਹ ਜਿਹੜੇ ਜਦੋਂ ਬਹੁਤ ਲੋਕ ਜਿਹੜੇ ਆ ਜੀ ਉਹ ਚੀਜ਼ ਨੂੰ ਨਾ ਜਿਹੜੇ ਉਹ ਨਹੀਂ ਮੰਨਦੇ ਰਾਈਟ ਇਹਦਾ ਮਤਲਬ ਸੋਚਣਾ ਪੈਣਾ ਯਾ ਹੁਣ ਇਹਦੇ ਇਹ ਗੱਲ ਆਉਂਦੀ ਹੈ ਕਿ ਦੋਨੋਂ ਪੱਖ ਤੇ ਹੈਗਾ ਲੇਕਿਨ ਇਹਦੇ 'ਚ ਇੱਕ ਚੀਜ਼ ਜਿਹੜੀ ਆ ਗਈ ਮੇਨ ਜਿਹੜੀ ਚੀਜ਼ ਹੈ ਦੇਖੋ ਅੱਜ ਧਰਮ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਧਰਮ ਥਿਓਰੈਟਿਕਲੀ ਜਿਹੜੀ ਤੁਸੀਂ ਗੱਲ ਕਰੋ ਬਿਲਕੁਲ ਹਕੀਕਤ ਹੈਗੀ ਹੈ ਬਟ ਪ੍ਰੈਕਟੀਕਲੀ ਕਿੰਨਾ ਕੁ ਉਹ ਧਰਮੀ ਲੋਕ ਜਾਂ ਅਸੀਂ ਜਿਹੜੇ ਧਰਮ ਦਾ ਪ੍ਰਚਾਰ ਜਿਹੜੇ ਕਰਦੇ ਨੇ ਉਹ ਕਿੰਨਾ ਕੁ ਉਸਨੂੰ ਫੋਲੋ ਕਰਨੇ ਉਹ ਇੱਕ ਵੱਖਰਾ ਸਵਾਲ ਲੇਕਿਨ ਜਿਹੜੀ ਐਨਰਜੀ ਵਿੱਚ ਇਹ ਬਿਲੀਵ ਨਹੀਂ ਕਰਦੇ ਜਾਂ ਰੱਬ ਦੀ ਹੋਂਦ ਵਿੱਚ ਹੀ ਨਹੀਂ ਵਿਸ਼ਵਾਸ ਕਰਦੇ ਇਹ ਤਾਂ ਵਿਅਕਤੀਗਤ ਤੌਰ 'ਤੇ ਆ ਗਿਆ ਜਾਂ ਸਮਾਜਿਕ ਤੌਰ 'ਤੇ ਆ ਗਿਆ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਉੱਥੇ ਪ੍ਰੈਜ਼ੈਂਟ ਕਰ ਰਹੇ ਹਾਂ ਪਰ
कि रब की होंद की जो अं गल करने कि कोई फोर्स नहीं हैगी जो विश्वास करते हैं कि नहीं हैगी बारे गुरबाणी की कहती है कि चीज़ ये दुनिया में चला रही हैगी। इस तो पहले मैं गुरबाणी की गल करा इन्होंने विज्ञानी की गल की जी मेरे को बोका ये 40 विज्ञानी जे बड़े प्रसिद्ध विज्ञानी आ जी जिन्हें रब बारे लिखा हुआ ठीक है और रब की होंद से बड़ा अतुत विश्वास किया हुआ राइट और एक ने इतों तक आख्या हो पेल्ला नास्तिक विचार का सी पर जो समझ लगी पता लगा वह कहता हूँ मैनू जेकर अपनी पदवी भी छड़नी पे मैं छड़न तैयार हाँ पर मैं अपने आस्तिकता वाले विचार जे छड़न तैयार नहीं राइट महात्मा गांधी महात्मा गांधी कट्टर अपने धर्म का विश्वासी कोट किया महात्मा गांधी भी 40 एक नहीं 40 विज्ञानी और मैं एक विज्ञानी तुम गल से थोड़ा जाट कर हिंदी च बुक हैगी कि जिहड़ा यह गल लिखे थोड़ी हिंदी च कौन करके मैं थोड़ा करना वो कहिंदा जैसे विज्ञान की जे तथात्मक साखी वास्तविक है वैसे ही मेरे दैनिक जीवन में परमात्मा की सत्ता वास्तविक है। ये कोई धर्मी बंदा नहीं आख रहा विज्ञानी आख रहे जैसे हम तारों की फोटोज ले सकते हैं और आकाश में उनके पथ का चित्रण कर सकते हैं या किसी स्लाइड पर अंबिबा को लेकर उसकी फोटो ले सकते हैं वैसे परमात्मा की सत्ता को सिद्ध करने के लिए कोई इंद्रिय गोचर शाखी प्रस्तुत नहीं की जा सकती केवल जब कोई मनुष्य अपने जीवन के तो क्वेश्चन है क्यों नहीं की जा सकती विज्ञानी कह रहे हैं क्योंकि जिड़िया बहुत सारी चीजें नहीं देख सकते हूँ बिजली का काम ले रहे हैं बिजली देख सकते हो तुम राइट दुनिया चल रही है सब कुछ सिस्टम चल रहा है फिर की है फिर इंसान जरा पैदा हो कितों आए कितने जाना है ये तो की है की है देखो जी डार्विन ने थ्योरी लिखी और उन्हें दस्या पे किदा इवॉल्व हुए हैं जी ठीक है राइट और हुण वह थ्योरी मतलब काफ़ी ज़्यादा मतलब नोन भी आदि बड़िया एडिशन हुई जी सो जे तो देखनी हैगी विज्ञानक जी पास्यों फिर तो इन्ह गलों बहुत सारिया गलों की एक्सप्लेनेशन हैगी बहुत सारिया गलों की अजे है नहीं ठीक है और विज्ञानी कदे भी किसी गल के उत्ते अड़ते नहीं है वो कदी नहीं कहते आह गल सच्ची है जे कल उन्होंने पेश कर दो कोई होर बंदा कह दे आह गल तू जी कही है गलत आ उस वे मन जाएंगे सो इन पेश करने वास्ते जी 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 रब की गल हैगी कभी भी जो मन वाले आदमी भी यह नहीं कहे कि हाँ यह आ हो सकती है नहीं हो सकती okay. सिर्फ इन्ना फर्क है विज्ञानियों के जेड़ा तुम मतलब आम तौर पर कहने ना भाई मतलब जी विज्ञान जो खास तौर पर अपने कहें विज्ञान भी मतलब जो एक बर्टन रसल मैं थोड़ी जी कोटेशन थोड़ा पढ़ के सुनानी चाहना वो कहता भाई 400 साल विज्ञान के वाधे ने हौली हौली मनुखा दिखाया कि कुदरत वरतारिया बारे किस तरह ज्ञान हासिल करना है कुदरती शक्तियों उपर किस तरह सरदारी कायम करनी है इस समय दौरान पादरिया ने विज्ञान के बखरे बखरे खेत्र तारा विज्ञान से भू विज्ञान शरीर रचना विज्ञान अटानमी जन सॉरी अनाटमी कहने तो शरीर क्रिया विज्ञान जीव विज्ञान से मनोविज्ञान समाजिक विज्ञान विरुद्ध हारन वाली लड़ाई लड़ी है धर्म ने है ना जदों पादरियां कहिंदा है हर वारी एक थां तो बाहर कढ़े जाण ते उन्हां दूजी थां मोर्चा लाया तारा विज्ञान विचों भांच खा के उन्हां रूप भू विज्ञान नूं अगे वधण तों रोकण लई अपनी पूरी वाह लाई उन्हां ने जीव विज्ञान विच डार्विन विरुद्ध लड़ाई लड़ी ते अजोके समय उह मनोविज्ञान अते विद्या संबंधी विज्ञानक सिद्धांतों पर लड़ते हैं सो जो धर्म है वह मतलब जिथे अज तो 2000 साल पहला 500 साल पहला खड़ोता है नहीं वो एक बड़ा सुंगड़ गया हुण बड़ी थोड़ी वो पावर रह गई है जिहड़ी कि कहे आह चीज इदा आ ओके सो विश्वास जिहड़ा आ वह वक्री चीज विश्वास असीं बच्चे च उहदे बचपन तो भरते हैगे आ ठीक है और बहुत लोग उस तरीके नाल कंफर्ट जोन दे विच जींदे रहिंदे आ जी हाँ जी देखो जी गल कर रहे धर्म की फिर गल उही आ जांदी जिहड़ी इन्हां ने कोड कीता एक क्रिश्चियनिटी नूं कीता जी जो धर्म की गल करते हैं धर्म सारे धर्म आते हैं और इंसाफ की मांग ये आई दसा तो पहले तो सवाल जवाब विज्ञान की गल कर रहे हो 400 साल की गल करते हो गुरु नानक जो अजे विज्ञान तुरना नहीं सिखिया तो उन्हें गल आखी थी अरब दिन अरब धुंदू कारा ये गुरु गुरु साहब बड़ा लंबा जोड़ा शब्द आ और उन्होंने साचे से पवना पे पवन के जल हो ਇਹ ਗੁਰਬਾਣੀ ਦੇ ਸ਼ਬਦ ਆ ਜਿਹੜਾ ਕਿ ਵਿਗਿਆਨ ਬਹੁਤ ਮਗਰੂ ਨੇ ਸਿੱਧ ਕੀਤਾ ਰਾਈਟ ਗਲੈਲੀਓ ਨੇ ਉਹਨੂੰ ਆਖਿਆ ਧਰਤੀ ਗੋਲ ਆ ਉਹਦੇ ਬਾਅਦ ਜਾ ਕੇ ਇੱਕ ਨੇ ਆਖਿਆ ਕਿ ਧਰਤੀ ਘੁੰਮਦੀ ਆ ਜੀ
ਔਰ ਇਹ ਨਹੀਂ ਦੱਸਿਆ ਸੂਰਜ ਘੁੰਮਦਾ, ਗੁਰੂ ਨਾਨਕ ਨੇ ਬਣ ਜਾ ਕੇ ਸੂਰਜ ਵੀ ਘੁੰਮਦਾ। ਓਕੇ, ਇਹ ਵਿਗਿਆਨੀ ਅੱਜ ਮੇਰਾ ਇੱਕ ਸਵਾਲ ਆ ਜੀ, ਪੰਜਾਬ 'ਚ ਕਿਉਂ ਨਹੀਂ ਸਾਰੇ ਜਿਹੜੇ ਵਿਗਿਆਨੀ ਪੈਦਾ ਹੋਏ ਜਿੰਨੀ ਵੀ ਆਜ਼ਾਦ ਹੁਣ ਤੱਕ ਹੋਈ ਪਿਛਲੇ 400 ਸਾਲ ਦੇ ਵਿੱਚ, ਪੰਜਾਬ ਦੇ ਵਿੱਚ ਕਿਹੜੀ ਜਿਹੜੀ ਚੀਜ਼ ਆ ਉਹ ਆਜ਼ਾਦ ਕੀਤੀ ਸਾਇੰਸ ਦੇ, ਜੇ ਜੇ ਗੁਰੂ ਨਾਨਕ ਦੇਵ ਸਾਇੰਸ ਮਤਲਬ ਇਸ ਪੱਧਰ 'ਤੇ ਪਹੁੰਚ ਗਿਆ ਸੀ ਤਾਂ ਜਿਹੜੀ ਸਾਇੰਸ ਦੀ ਸਾਰੀ ਤਰੱਕੀ ਆ ਉਹ ਪੰਜਾਬ 'ਚ ਕਿਉਂ, ਹਿੰਦੁਸਤਾਨ 'ਚ ਕਿਉਂ ਨਹੀਂ ਹੋਈ? ਦੇਖੋ ਜਿੱਥੋਂ ਤੱਕ ਤਰੱਕੀ ਦਾ ਸਵਾਲ ਆ, ਇਹ ਅਲੱਗ ਸਵਾਲ ਆ। ਪਹਿਲੀ ਗੱਲ ਅਲੱਗ ਨਹੀਂ, ਸਾਇੰਸ ਨਾਲ ਬਣਿਆ ਸਵਾਲ ਆ। ਨਹੀਂ ਸਾਇੰਸ, ਕੋਈ ਤੁਸੀਂ ਝੂਠ ਕੱਢ ਦੱਸੋ। ਗੁਰੂ ਨਾਨਕ ਨੇ ਆਖਿਆ ਕਿ ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼ ਜੀ। ਅੱਜ ਵਿਗਿਆਨ ਇਹ ਗੱਲ ਕਹਿ ਰਹੇ ਆ ਕਿ ਕੋਈ ਅੰਤ ਹੈ ਨਹੀਂ। ਗੁਰੂ ਨਾਨਕ ਨੇ ਕਿਹੜੀ ਜਿਹੜੀ ਲੈਬੋਰੇਟਰੀ ਸੀ ਉਹਦੇ ਵਿੱਚ ਖੋਜ ਕਰਕੇ ਦਿਖਿਆ, ਉਹਨੇ ਗੱਲ ਆਖੀ ਆ। ਤੁਸੀਂ ਕੋਈ ਵਿਗਿਆਨੀ ਸਰ, ਤੁਸੀਂ ਕਿਹਾ ਧਰਮ ਨੂੰ ਚੈਲੰਜ ਕੀਤਾ, ਮੈਂ ਕਹਿੰਦਾ ਤੁਸੀਂ ਗੁਰਬਾਣੀ ਇਹ ਗੱਲ ਚੇਂਜ ਕਰਕੇ ਦਿਖਾ ਦਿਓ। ਤੁਸੀਂ ਗੁਰਬਾਣੀ ਦੀ ਨਹੀਂ, ਤੁਸੀਂ ਕਹਿੰਦੇ ਵਿਗਿਆਨੀ, ਤੁਸੀਂ ਇੱਕ ਗੱਲ ਚੰਗ ਦੱਸ ਦਿਓ ਕਿ ਜਿਹੜੀ ਵਿਗਿਆਨ ਜਿਹੜਾ ਉਹਨੂੰ ਸਿੱਧ ਝੂਠਾ ਸਿੱਧ ਕਰ ਰਿਹਾ, ਇੱਕ ਓਨਲੀ ਵਨ ਗੱਲ ਦੱਸੋ। ਉਹ ਗੱਲ ਆ ਗਈ ਕਿ ਇਹ ਗੱਲ ਜਿਹੜੀ ਕਰ ਰਹੇ ਨੇ ਗਿਆਨੀ ਜੀ, ਉਹਦੇ 'ਚ ਉਹੀ ਆ ਗਈ ਗੱਲ ਕਿ ਪਰੂਫ ਮੰਗ ਰਹੇ ਹੈਗੇ ਨੇ ਕਿ ਇਹ ਪਰੂਫ ਕਿੱਥੋਂ ਲਿਆ ਜਾ ਸਕਦਾ, ਕੀ ਕੋਈ ਇਹਦੇ ਵਿੱਚ ਬਾਣੀ ਵਿੱਚ ਕੋਈ ਪਰੂਫ ਦੀ ਵੀ ਗੱਲ ਕੀਤੀ ਰੱਬ ਦੀ ਹੋਣ ਬਾਰੇ? ਇਹਦੇ ਬਾਰੇ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਇਹਦਾ ਆਨਸਰ ਲੈਣੇ। ਛੋਟੀ ਜੀ ਬ੍ਰੇਕ ਜੀ, ਇਸ ਲਾਸਟ ਸੈਗਮੈਂਟ ਵਿੱਚ ਅਸੀਂ ਤੁਹਾਡੇ ਨਾਲ ਜੋ ਸਾਂਝ ਪਾਵਾਂਗੇ ਉਸ ਵਿੱਚ ਮੁੱਖ ਤੌਰ ਦੇ ਉੱਤੇ ਜੋ ਹੁਣ ਤੱਕ ਗੱਲਬਾਤ ਹੋਈ, ਕਿਉਂਕਿ ਮੁੱਖ ਤੌਰ ਦੇ ਉੱਤੇ ਤਾਂ ਇਹੀ ਚੀਜ਼ ਹੈ ਕਿ ਵਿਗਿਆਨ ਜੋ ਹੈ ਉਹ ਪਰੂਫ ਮੰਗ ਰਿਹਾ, ਜਦਕਿ ਜਿਹੜਾ ਧਰਮ ਹੈ ਉਹ ਫੇਥ ਦੇ ਉੱਤੇ ਚੱਲਦਾ ਹੈ। ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ।